ਪੈ ਗਏ ਸੁੱਕਣੇ ਸਾਰੇ ਕੱਪੜੇ। ਆ ਤੇ ਚੰਗੀ ਗੱਲ ਆ, ਧੰਨਵਾਦ ਤੁਹਾਡਾ, ਤੁਸੀਂ ਵੀ ਨਾਲ ਹੈਲਪ ਕਰਾਤੀ। ਚੱਲ ਥੋੜੇ ਬਹੁਤੇ ਨਾਲ ਕੱਪੜੇ ਹੰਗਾਲਤੇ, ਕੋਠੇ ਤੇ ਚੜਾਤੇ, ਨਾਲ ਸੁੱਕਣੇ ਪਵਾਤੇ। ਮੈਂ ਫਿਰ ਕੀ ਇਕੱਲੀ ਡਈ ਰਹੂੰਗੀ ਹਾਈ ਸਾਹਿਬ। ਮੈਂ ਇੱਕ ਘੰਟੇ ਜਦੋਂ ਮੰਮੀ ਨੇ ਕਹਿਣਾ ਵੀ ਕੱਪੜੇ ਤੋਂ, ਮੈਂ ਇੱਕ ਘੰਟੇ ਬਾਅਦ ਉੱਠ ਗਈ। ਮੈਂ ਕਿਹਾ ਚੱਲ ਹੁਣ ਵੀ ਦੀਦੀ ਹੁਣੀ ਆ ਜਾਂਦੇ, ਚੱਲ ਰਲ ਮਿਲ ਕੇ ਧੋਵਾਂਗੀਆਂ। 4 ਘੰਟੇ ਹੋ ਗਏ ਗਈ ਨੂੰ, ਹਜੇ ਤੱਕ ਨਹੀਂ ਹੋਈ। ਸੂਟ ਤੇ ਉਹਨੇ ਇੱਕ ਖਰੀਦਣਾ ਸੀ ਉੱਥੇ, ਤੈਨੂੰ ਪਤਾ ਹੀ ਆ ਬੁੜੀਆਂ ਦੇ ਟਸ਼ਣ, ਕਲਾਰਾ ਪਵਾਇਆ ਹੋਣਾ ਪੂਰਾ। ਉਹ ਆਉਂਦੀ ਹੁਣੀ ਹਾਏ ਰੱਬਾ ਮੇਰੇ, ਜਾਂਦਿਆਂ ਨੂੰ ਕੰਮ ਹੋ ਹੀ ਜਾਏ, ਕੱਪੜੇ ਧੋਤੀ ਜਾਣ ਫਿਰ ਹੀ ਜਾਂਦੀ ਆ। ਇਹ ਵੀ ਹੋ ਸਕਦਾ ਵਾ, ਪਰ ਤੈਨੂੰ ਪਤਾ ਸੂਟ ਖਰੀਦਣ ਲੱਗੀਆਂ ਬੁੜੀਆਂ ਖਲਾਰਾ ਪੂਰਾ ਪਾਉਂਦੀਆਂ, ਇੱਕ ਦੁਕਾਨ ਚੋਂ ਨਾ ਪਸੰਦ ਆਏ ਦੂਜੀ ਦੂਜੀ ਨਾ ਪਸੰਦ ਆਏ। ਯਾਰ ਇੱਕ ਸੂਟ ਨੂੰ ਥੋੜੇ ਟਾਈਮ ਲੱਗਦਾ, ਕੁਛ ਖਾਣ ਪੀਣ ਲੱਗ ਪਏ ਹੋਣੇ ਦੋਵੇਂ, ਉਹ ਜਾਂ ਭਾਜੀ ਉਹਦੀ ਗੱਲ ਮੰਨ ਲੈਂਦਾ ਵਾ। ਕੋਈ ਨਹੀਂ ਪਾ ਲੈਂਦੇ, ਕਰਦਾ ਮੈਂ ਗੱਲ। ਇਹ ਕੀ ਪਖੰਡ ਬਣਾਇਆ ਤੁਸੀਂ ਯਾਰ, ਯਾਰ ਆਟੇ 'ਚ ਤੁਸੀਂ ਸਮਝਦੇ ਤਾਂ ਲੋਹਾ ਵਾ ਵੀ ਲੋਹਾ ਵਾ, ਉਹ ਜੇ ਇੱਥੇ ਹੀ ਹੁੰਦੀ ਇੱਥੇ ਵੀ ਹੁਕਮ ਚਲਾਉਂਦੀ ਹੈ। ਜਾਣ ਲੱਗੀ ਕਦੀ ਟੌਰ ਨਾ ਕਹਿ ਗਈ, ਮੰਮੀ ਨੇ ਤਾਂ ਕੱਪੜੇ ਭੇਜ ਨਹੀਂ ਉਹਦੇ ਕਰਕੇ, ਉਹ ਆਪ ਚਲ ਗਈ ਮਹਾਰਾਣੀ, ਫਸ ਮੈਂ ਗਈ ਵਿੱਚ। ਮੈਨੂੰ ਮੰਮੀ ਨੇ ਵਾਧੂ ਦੀਆਂ ਗੱਲਾਂ ਸੁਣਾਤੀਆਂ ਨਾਲ। ਓਏ ਉਹ ਤੇ ਗੱਲ ਹੈਗੀ ਆ, ਹੁਣ ਮੰਮੀ ਉਹਨਾਂ ਨੂੰ ਵੀ ਕੌਣ ਸਮਝਾਵੇ ਵੀ ਉਹ ਚਲਾਕੀਆਂ ਕਰਦੀ ਆ। ਮੰਮੀ ਹੁਣੀ ਉਹ ਤੋਂ ਡਰਦੇ ਆ, ਉਹ ਤੋਂ ਡਰਦੇ ਨਹੀਂ ਕੁਛ ਕਹਿੰਦੇ, ਚਲਾਕੀਆਂ ਦਾ ਤਾਂ ਉਹਨਾਂ ਨੂੰ ਵੀ ਪਤਾ ਲੱਗਦਾ ਵਾ, ਪਰ ਉਹਨਾਂ ਦੇ ਆਰਡਰਾਂ ਤੋਂ ਡਰਦੀ ਆ। ਮੰਮੀ ਕੱਪੜੇ ਤਾਂ ਹੀ ਵੇ ਇੱਕ ਵੱਡੀ ਗੁੱਤ ਬੰਦੀ ਆ, ਅਗਲੀ ਟੌਰ ਨਾਲ ਲਾਗੋਂ ਲੰਘ ਕੇ ਗਈ ਆ। ਫਿਰ ਇਹ ਤਾਂ ਮੰਮੀ ਨੂੰ ਹੀ ਚਾਹੀਦਾ ਨਾ, ਹੁਣ ਫਿਰ ਆਪਾਂ ਲੜਦੇ ਚੰਗੇ ਲੱਗਦੇ ਆ ਮੰਮੀ ਨਾਲ। ਮੰਮੀ ਦੀ ਹਿੰਮਤ ਹੀ ਨਹੀਂ ਪੈਂਦੀ ਉਹਨੂੰ ਕੁਛ ਕਹਿਣ ਦੀ, ਮੰਮੀ ਨੂੰ ਕੀ ਚਾਹੀਦਾ, ਮੰਮੀ ਨੂੰ ਕੁਛ ਕਹਿਣਾ ਹੀ ਨਹੀਂ। ਜਿੰਨਾ ਮਰਜ਼ੀ ਮੰਮੀ ਨਾਲ ਮੱਥਾ ਮਾਰ ਲਓ, ਮੰਮੀ ਬਣਦੀ ਹੈ ਉਹਨਾਂ ਦੀ। ਫਿਰ ਡੈਡੀ ਨੂੰ ਕਹੀਏ ਵੀ ਮੰਮੀ ਨੂੰ ਸਮਝਾ ਬਿਠਾਲ ਕੇ ਵੀ ਇਹੋ ਜਿਹੇ ਇੱਦਾਂ ਦੇ ਨਹੀਂ ਕੰਮ ਚੱਲਣੇ, ਵੰਡ ਵਰਤ ਕੇ ਕੰਮ ਕਰਿਆ ਕਰੋ ਸਾਰੇ। ਡੈਡੀ ਨੇ ਵੀ ਅੱਗੋਂ ਪੱਲਾ ਦਾ ਝਾੜ ਦੇਣਾ, ਕਹਿਣਾ ਨਹੀਂ ਪੁੱਤ ਹੁੰਦਾ ਜਿੰਨਾ ਕੁ ਹੁੰਦਾ ਕਰ ਲਿਆ ਕਰੋ, ਬਾਕੀ ਆਪੇ ਤੁਹਾਡੀ ਮਾਂ ਕਰ ਦੂ। ਫਿਰ ਹੁਣ ਕਿਹਨੂੰ ਕਹਾਂ, ਮੁੱਖ ਮੰਤਰੀ ਨੂੰ ਕਹਾਂ ਕਿਹਨੂੰ, MLA ਸੱਦੀਏ, ਕਹਿਣਾ ਤੇ ਪੈਣਾ ਡੈਡੀ ਨੂੰ ਹੀ। ਮੈਂ ਉਦਾਂ MLA ਵੱਲ ਤਾਂ ਗਈ ਵੀ ਨਹੀਂ। ਫਿਰ ਸੁੱਖ, ਫਿਰ ਮੈਂ ਕੀ ਹੁਣ ਕਰ ਸਕਦਾ ਵਾਂ। ਇਹ ਤਾਂ ਭਾਬੀ ਨੂੰ ਚਾਹੀਦਾ ਵੀ ਮੈਂ ਆਪ ਕੰਮ ਕਰਾਂ, ਜਾਂ ਮੰਮੀ ਨੂੰ ਚਾਹੀਦਾ ਵੀ ਕਹਿ ਉਹਨੂੰ ਵੀ ਬਰਾਬਰ ਕੰਮ ਕਰ, ਸ਼ਾਮਾਂ ਨੂੰ ਚੱਲ ਜੀ, ਸਵੇਰੇ ਲੈ ਆਈ, ਹੁਣ ਕੰਮ ਆ। ਜਦੋਂ ਮੰਮੀ ਨਹੀਂ ਕਹਿੰਦੀ ਤਾਂ ਫਿਰ ਹੁਣ ਆਪਾਂ ਲੱਗੇ ਹਾਂ, ਇਹਨਾਂ ਨੂੰ ਪਤਾ ਵਾ ਵੀ ਸਾਡੇ ਪਿੱਛੇ ਲੱਗੇ, ਇਹਨਾਂ ਨੇ ਜਵਾਬ ਨਹੀਂ ਦੇਣਾ, ਤੂੰ ਵੀ ਠੋਕ ਕੇ ਜਵਾਬ ਦੇ ਦਿਆ ਕਰ। ਇੰਨੀ ਗੱਲ ਕਹਿਣ ਵਾਸਤੇ ਨਾ ਵੱਡੀ ਨੂੰ ਵੀ ਸ਼ਾਮਾਂ ਨੂੰ ਚੱਲ ਜੀ ਜਾਂ ਸਵੇਰੇ ਚੱਲ ਜੀ ਬਾਜ਼ਾਰ, ਹਿੰਮਤ ਚਾਹੀਦੀ, ਜਿਗਰਾ ਚਾਹੀਦਾ। ਮੰਮੀ ਤਾਂ ਉੱਤੋਂ ਡਰਦੀ ਆ, ਮੰਮੀ ਦਾ ਜਿਗਰਾ ਕਿੱਥੋਂ ਲਿਆਉਣਾ? ਤੇਰੇ 'ਚ ਹੈਗਾ ਜਿਗਰਾ? ਹੈਗਾ ਹੀ ਆ ਮੇਰਾ, ਤਾਂ ਹੀ ਤਾਂ ਮੈਂ ਕੱਲ੍ਹ ਲੜੀ ਸੀ, ਮੁਕਾਬਲਾ ਕੀਤਾ ਕਿ ਨਹੀਂ ਗੱਲ? ਹਾਂ ਤੇ ਫਿਰ ਆਉਂਦੀ ਆ, ਫਿਰ ਕਰ ਲਈ ਹੁਣ ਮੁਕਾਬਲਾ, ਚੱਲ ਚੱਲੀਏ ਥੱਲੇ। ਕਰਨਾ ਹੀ ਪੈਣਾ, ਇੱਦਾਂ ਤਾਂ ਸਰਦਾ ਨਹੀਂ ਹੈ। ਲੈ ਵੀ ਇਹਨਾਂ ਨੇ ਡੈਡੀ ਨੂੰ ਇੱਡੀ ਵਾਧੀ ਆ ਨਾ, ਬਾਹਰੋਂ ਆਉਂਦਾ ਇੱਥੇ ਲੰਮੇ ਪੈ ਜਾਣਾ, ਅੰਦਰੋਂ ਨਿਕਲਣਾ ਇੱਥੇ ਲੰਮੇ ਪੈ ਜਾਣਾ, ਆਏ ਗਏ ਵਾਸਤੇ ਰੱਖਿਆ ਮਾੜਾ ਮੋਟਾ ਬਣਾ ਕੇ ਤੇ ਆ ਇਕੱਠੇ ਹੀ ਕਰ ਛੱਡਦਾ ਸਾਰੀ ਦਿਹਾੜੀ। ਜਦੋਂ ਕੋਈ ਆਵੇ ਉਦੋਂ ਮੈਂ ਆਖਿਆ ਕਰੂੰ ਖਲੋ ਜਾਓ ਭਾਜੀ, ਆ ਮੈਨੂੰ ਸੂਤਰ ਕਰ ਲੈਣ ਦਿਓ, ਹੱਦੀ ਹੋ ਗਈ ਇਹਦੇ ਵਾਲੀ। ਜੇ ਮੈਂ ਕਹਿੰਦੀ ਆ ਵੀ ਚੱਲ ਇਹਨਾਂ ਨੂੰ ਕਿਸੇ ਪਾਸੇ ਲਾ ਲਓ ਵੀ ਚੱਲ ਨਵੇਂ ਲੈ ਆਓ, ਕਿੰਨੇ ਸਾਲ ਹੋ ਚੱਲੇ, 40-42 ਸਾਲ ਹੋ ਗਏ ਇਹਨਾਂ ਨੂੰ ਆਇਆਂ ਨੂੰ, ਫਿਰ ਵੀ ਚਲੋ ਜੇ ਹਾਲਤ ਸਹੀ ਆ। ਜਦੋਂ ਕੋਈ ਆਪ ਨੂੰ ਪਤਾ ਇੱਦਾਂ ਹਿਲਦੇ ਕਿਸੇ ਨੂੰ ਤਾਂ ਨਹੀਂ ਗਾ ਪਤਾ, ਤੇ ਤਾਂ ਵੀ ਨਹੀਂ ਕੰਮ ਕਰਦੇ। ਪਰ ਬਾਬਾ ਨੌਵਾਂ ਧੀਆਂ ਦੇ ਲੀੜੇ ਹੀ ਨਹੀਂ ਪੂਰੇ ਹੁੰਦੇ, ਦੁਕਾਨਾਂ ਤੋਂ ਹੀ ਜਾ ਜਾ ਕੇ ਇਹਨਾਂ ਦਾ ਵੇਲ ਨਹੀਂ ਮਿਲਦਾ, ਇਹ ਚੀਜ਼ਾਂ ਕਿੱਥੋਂ ਬਣਨੀਆਂ ਸਾਡੇ ਵਾਸਤੇ? ਲੱਖ ਲਾਂਚ ਤੇਰੇ ਤੇ ਦੁਰ ਫਿੱਟੇ ਮੂੰਹ ਮੇਰੇ। ਲੈ ਕਿਉਂ ਕਿੱਥੋਂ ਆਇਆ ਤੂੰ? ਜਦੋਂ ਮੈਂ ਗਈ ਹਾਂ ਲੀੜੇ ਬਾਲਟੀ ਚ ਰੱਖਣ, ਉਦੋਂ ਤਾਂ ਫਟਾਫਟ ਪਤਾ ਚੱਲ ਗਿਆ ਨਾ, ਤੇ ਹੁਣ ਮਾਰ ਤੂੰ ਕੋਠੇ ਤੋਂ ਆਇਆ ਲੀੜਾ ਸੁੱਕਣੇ ਪਵਾਉਂਦਾ। ਮੰਮੀ ਮੇਰੀ ਗੱਲ ਸੁਣੋ, ਤੁਸੀਂ ਨੀ ਨਾਲ ਕੱਪੜੇ ਧਵਾਉਣੇ, ਦੀਦੀ ਨੇ ਨੀ ਧਵਾਉਣੇ, ਤੇ ਜੇ ਮੇਰਾ ਬੰਦਾ ਨਾਲ ਧੋਣ ਲੱਗ ਪਿਆ ਤਾਂ ਕੀ ਗੱਲ ਵਾ ਇਹਦੇ ਵਿੱਚ? ਬੰਦਾ ਧਵਾਉਣ ਡਹਿ ਪਿਆ, ਤੂੰ ਵਿਸੀ ਹੋ ਜਾਣਾ ਹੀ ਧੋ ਕੇ, ਤੇਰੀ ਸਿਹਤ ਅੱਗੇ ਬੜੀ ਮਾੜੀ ਆ, ਗੌਂਦ ਰਹਿੰਦੀ ਆ, ਬੁਖਾਰ ਰਹਿੰਦਾ। ਮੰਮੀ ਬੜਾ ਵਧੀਆ ਕੰਮ ਹੋ ਗਿਆ ਨਾ, ਤੁਹਾਨੂੰ ਸ਼ੁਕਰ ਕਰਨਾ ਚਾਹੀਦਾ ਵੀ ਚੱਲ ਚੰਗਾ ਹੋਇਆ ਕੰਮ ਮੁੱਕਾ, ਤੁਸੀਂ ਹੁਣ ਨਵਾਂ ਕਲੇਸ਼ ਪਾ ਦਿਓ। ਮੈਂ ਗੁੱਸੇ ਦਾ ਕਹਿ ਕੇ ਆਈ ਅੰਦਰੋਂ
ਗੁੱਸੇ ਨਾਲ ਇੰਨਾ ਗੁੱਸਾ ਹੁੰਦਾ ਨਾ ਤੇ ਜਿਹੜੀ ਜੋੜੀ ਗਈ ਆ ਉਹਨਾਂ ਨੂੰ ਵੀ ਕਹਿੰਦੇ ਫਿਰ ਗੁੱਸੇ ਨਾਲ। ਉਹਨੂੰ ਮੈਂ ਥੋੜਾ ਕੁਛ ਕਿਹਾ ਵਾ, ਉਹ ਤੇ ਲੱਗ ਗਿਆ ਬੁੱਢੀ ਮਗਰ, ਬੁੱਢੀ ਕਰਦੀ ਚੌਧਰ, ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਮੈਂ ਕਰਾਂ ਤੇ ਕੀ ਕਰਾਂ। ਨਾ ਕਰੋ ਕੁਛ, ਲੱਗ ਗਿਆ ਇੱਥੇ ਜਾਂ ਮਜਾਲ ਕੀ ਸੀ ਉਹਨਾਂ ਦੀ, ਬਾਬੂਆਂ ਬਾਹਰ ਪੈਰ ਪਾਉਂਦੇ ਤੁਸੀਂ ਕਿਹਾ ਹੁੰਦਾ ਦੇ ਭਰਾਵਾ। ਉਹਨੂੰ ਕੋਈ ਫੋਨ ਆਇਆ ਸੀ ਉਹਦੇ ਰਿਸ਼ਤੇਦਾਰਾਂ ਦੇ ਹੈਗੀ ਰਿਟਾਇਰਮੈਂਟ ਵਾ, ਤਾਂ ਕਰਕੇ ਮੈਂ ਕੋਈ ਬੋਲੀ ਨੀ, ਮੈਂ ਆਖਣਾ ਇਹਨਾਂ ਨੇ ਜਾਦੀ ਕਲਾ ਪਾਤੀ ਆ। ਆਹੋ ਹੁਣ ਰਿਟਾਇਰਮੈਂਟ ਉਹਦੀ ਹੋਣੀ ਆ ਤੇ ਖਾਊ ਖਰਾਬ ਇਹਨਾਂ ਨੇ ਸਾਨੂੰ ਕਰੀ ਜਾਣਾ 10 ਦਿਨ। ਚੰਗਾ ਬਾਹਰ ਦੇ ਕੰਮ ਕਰਨ ਤੈਨੂੰ ਰੋਣ ਪੈਂਦਾ ਵਾ, ਬੁੱਢੀ ਦਾ ਮਗਰ 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 ਤੂੰ ਜਿੱਧਰ ਨੂੰ ਜਾਂਦੀ ਉਧਰ ਨੂੰ ਜਾਂਦਾ ਫਿਰਦਾ। ਡੈਡੀ ਵੀ ਤੁਹਾਡੇ ਮਗਰ ਮਗਰ ਹੀ ਹੁੰਦੇ, ਸਾਰੇ ਕੰਮ ਤੁਹਾਡੇ ਤੇ ਸਲਾਹ ਨਾ ਹੁੰਦੇ ਆ, ਤੇ ਤੁਸੀਂ ਕੀ ਮੰਮੀ ਆ ਗੱਲ ਸਾਡੇ ਖਬਰਦਾਰ ਖਬਰਦਾਰ ਜੇ ਮੁੜ ਕੇ ਬੋਲੀ ਇਹ ਗੱਲ ਤੇ ਡੈਡੀ ਤੁਹਾਡੇ ਮਗਰ ਮਗਰ, ਤੂੰ ਕਦੋਂ ਵੇਖਦਾ ਡੈਡੀ ਨੂੰ ਮਗਰ ਮਗਰ, ਅਸੀਂ ਤੇ ਥਰ ਥਰ ਕੰਬਦੇ ਫਿਰਦੇ ਤੂੰ ਕਦੋਂ ਜਾਨ ਕੱਢ ਲੈਂਦਾ ਗੱਲ ਕਰਕੇ। ਤੂੰ ਚੰਗੀ ਲੱਗੀ ਮੈਨੂੰ ਮਿਹਣੇ ਦੇਣ, ਤੂੰ ਮੇਰੀ ਨੂੰਹ ਧੀ ਆ ਕਿ ਮੇਰੀ ਸਦੀਕਣੀ ਆ। ਤੇ ਮੰਮੀ ਫਿਰ ਕੀ ਹੋ ਗਿਆ ਤੁਹਾਨੂੰ ਵੀ, ਨਿੱਕੀ ਜਿਹਾ ਪੁਆਇੰਟ ਹੀ ਚਾਹੀਦਾ ਬਸ ਲੜਾਈ ਲੈਣ ਵਾਸਤੇ। ਮੈਂ ਬੋਲਣ ਨੂੰ ਕਿਹਾ ਪਰ ਮੈਂ ਇਹ ਨਹੀਂ ਕਿਹਾ ਵੀ ਮੁੱਦਾ ਬੋਲੇ ਨਾ ਖੱਫਣ ਪਾੜੇ। ਸੁੱਖ ਉੱਠ ਜਾ, ਹੋਰ ਕੋਈ ਕੰਮ ਕਰ ਨਹੀਂ ਤੇ ਅੰਦਰ ਲੰਮੇ ਪੈ ਜਾ, ਮੰਮੀ ਦਾ ਕੰਮ ਸਾਡੇ ਘਰ ਚੱਲਦਾ ਹੀ ਰਹਿਣਾ ਵਾ, ਚੱਲਦਾ ਹੀ ਰਹਿਣਾ ਵਾ। ਪਾਰਾ ਨਾ ਲੰਮੇ ਇਹਨੂੰ ਅੰਦਰ ਜਾ, ਪੈ ਜਾ ਲੰਮੇ ਅੰਦਰ। ਨਹੀਂ ਓਦਾਂ ਤੂੰ ਬਿਮਾਰ ਵਾ ਤੇ ਬੁੱਲਾਂ ਉਰਾਂ ਕੇ ਤੇ ਤੂੰ ਲਾ ਵੀ ਗਿਆ, ਹੁਣ ਤੈਨੂੰ ਕੋਈ ਗੱਲ ਨਹੀਂ ਕੀ। ਜਦੋਂ ਕੱਪੜੇ ਵੀ ਨਹੀਂ ਧੋਣ ਨੂੰ ਕਿਹਾ, ਦੋ ਨਹੀਂ ਤੁਹਾਨੂੰ ਦੇਖਿਆ ਵੀ ਮੈਂ ਬਿਮਾਰ ਹਾਂ ਤੇ ਤੁਸੀਂ ਝੱਟ ਗਏ ਤਾਂ ਵੀ ਧੋ ਕੱਪੜੇ। ਕੱਪੜੇ ਤੇ ਧੋ ਲਏ, ਨਹਾ ਲਿਆ, ਸਭ ਕੁਛ ਕਰ ਲਿਆ ਤੇ ਲੜਾਈ ਨੂੰ ਤੂੰ ਫੇਵਾਜਾ ਮਾਰਨ ਡਈ ਆ, ਚੰਗੀ ਭਲੀ ਹੋ ਗਈ ਲੜਨ ਵਾਸਤੇ। ਉਹ ਤਾਂ ਮੰਮੀ ਜੇ ਕੋਈ ਲਾਗੇ ਸਿਆਣਾ ਬੰਦਾ ਹੋਵੇ ਨਾ ਤੇ ਵੇਖੇ ਵੀ ਮੈਂ ਤੇ ਉੱਤੋਂ ਕੱਪੜੇ ਸੁੱਕਣੇ ਪਾ ਕੇ ਆਉਂਦੀ, ਲੜਾਈ ਤੇ ਤੁਸੀਂ ਛੇੜੀ। ਚੱਲ ਚੰਗਾ ਜਾ ਸੌ ਜਾ ਕੇ, ਜਦੋਂ ਜੀ ਕਰੂ ਉੱਠੀ, ਜਦੋਂ ਜੀ ਕਰੂ ਸੌਵੀ। ਬਲਜੀਤ ਤੂੰ ਵੀ ਆਤੀ ਕਰਾਤੀ, ਤੈਨੂੰ ਕਹੇ ਇੱਕ ਸੂਟ ਲੈ, ਤਿੰਨ ਲੈ ਲਏ ਆ, ਵੇਖ ਲਿਓ ਕਲਾ ਪੈ ਨਹੀਂ ਘਰ। ਹਾਂ ਇੱਥੇ ਤੇ ਚੁੱਪ ਕਰ ਜਾਓ, ਇੱਥੇ ਸੁਣਾ ਕੇ ਹਟਣਾ ਦੁਕਾਨ ਤੇ ਮੂੰਹ ਚ ਜ਼ੁਬਾਨ ਨਹੀਂ ਪਾਈ, ਉਹ ਵੀ ਭਾਈ ਵੀ ਵੇਂਦੇ ਸੀ ਮੂੰਹ ਵੱਲ, ਨਾਲੇ ਸੂਟ ਖਰੀਦਣ ਆਏ ਤੇ ਨਾਲੇ ਲੈ ਕੇ ਦੇਣ ਨੂੰ ਜੀ ਵੀ ਨਹੀਂ ਕਰਦਾ ਇਹ ਬੰਦੇ। ਗੱਲ ਤੇ ਇੱਕ ਸੂਟ ਦੀ ਹੋਈ ਨਾ, ਤੇ ਇੱਕ ਸੂਟ ਦੀ ਹੋਈ ਤੇ ਹੋਈ ਰਵੇ, ਹਾਂ ਤੁਹਾਡਾ ਤੇ ਇਹੋ ਕੰਮ ਰਹਿਣਾ ਵਾ। ਤੇ ਜੇ ਸੁੱਖ ਨੇ ਵੇਖ ਕਲਾ ਪੈਣੀ ਹੈ, ਪੈਣੀ ਕਿਉਂ ਨਹੀਂ ਵੇਖੀ? ਮੈਂ ਫਟਾਫਟ ਅੰਦਰ ਚਲ ਜਾਣਾ ਵਾ, ਸੁੱਖ ਨੂੰ ਜ਼ਰੂਰ ਉਖਾਣੇ, ਅੰਦਰ ਵੜੀ ਹੋਣੀ ਸੁੱਤੀ ਹੋਣੀ ਆ। ਚੱਲ ਵੇਖ ਜਾ ਕੇ। ਆਹੋ ਵੇਖ ਜਾ ਕੇ ਫਿਰ। ਮੇਰੀ ਗੱਲ ਸੁਣੋ, ਤੁਸੀਂ ਨਾ ਰੌਲਾ ਪਾਇਓ, ਮੈਂ ਆਪੇ ਸਮਝਾ ਲੂੰਗੀ ਮੰਮੀ ਨੂੰ। ਚੰਗਾ ਬਾਬਾ ਚੰਗਾ। ਜੇ ਤੁਸੀਂ ਆਪ ਹੀ ਕਿਹੜਾ ਕਿਉਂ ਲੈ ਕੇ ਆਉਣੇ, ਉਹਨਾਂ ਨੇ ਤੇ ਫਿਰ ਕਹਿਣਾ ਹੀ ਆ। ਹਾਏ ਚਾਰ ਤੋਂ ਉੱਤੇ ਟਾਈਮ ਹੋ ਗਿਆ, ਹਲੇ ਤੱਕ ਨਹੀਂ ਮੁੜੇ, ਕੀ ਦੱਸ ਮੈਂ ਕਰਾਂ। ਆਹ ਸੱਚਾ ਹੀ ਬੋਲਦੀ ਵਾੜੀ ਅੰਦਰ ਵੜ ਕੇ ਪੈ ਗਈ ਆ ਨਾ ਸੁੱਖ, ਇਹ ਵੀ ਸੱਚੀ ਹੋ ਇੱਕ ਗੱਲੋਂ। ਕਿਹੜੀ ਕਿਹੜੀ ਗੱਲ ਦੇ ਮੈਂ ਪੋਚੇ ਪਾਇਆ ਕਰਾਂ, ਮੈਂ ਤੇ ਪਾਪਾਂ ਦੇ ਭਾਗੀ ਬਣ ਜਾਣਾ ਵਾ, ਮੈਂ ਲੇਖਾ ਕਿੱਥੇ ਦੇਣਾ ਉਹਦੀਆਂ ਗੱਲਾਂ ਉਹਦੇ ਕੋਲ ਤੇ ਉਹਦੀਆਂ ਉਹਦੇ ਕੋਲ, ਝੂਠ ਸੱਚ ਬੋਲ ਕੇ ਸਿਆਪਾ ਖਾਨਾ। ਕੀ ਮੰਮੀ ਤੁਸੀਂ ਇਕੱਲੇ ਗੱਲਾਂ ਕਰੀ ਜਾਣ ਡੇ ਹੈ, ਇਕੱਲੇ ਗੱਲਾਂ ਨਹੀਂ ਕਰਨੀਆਂ ਵਾ, ਤੁਸੀਂ ਤੇ ਘੜੀ ਜਬੜਾ ਕਰਕੇ ਗਏ ਵੀ ਇੱਕ ਸੂਟ ਲੈ ਕੇ ਅਸੀਂ ਆ ਜਾਣਾ, ਤੁਸੀਂ ਤੇ ਕਿਤੇ ਮੁੜਦਾ ਹੀ ਨਹੀਂ ਨਾ ਲਿਆ ਘਰ ਨੂੰ। ਮੰਮੀ ਜਦੋਂ ਵੇਖੀਏ ਨਾ ਉੱਥੇ ਤੇ ਫਿਰ ਸੂਟ ਪਸੰਦ ਆ ਜਾਂਦੇ, ਫਿਰ ਮੈਂ ਇੱਕ ਨਹੀਂ ਲਿਆ, ਫਿਰ ਮੈਂ 2-3 ਲੈ ਲਏ ਆ। ਮੇਰਾ ਕੀ ਵੇਂਦੇ ਜੇ ਹੁਣ, ਮੈਂ ਕਿਹਾ ਇੱਕ ਹੀ ਲੈ। ਕੋਈ ਨੀ ਜੇ 2-3 ਲਏ ਹੋਣਗੇ ਤੇ ਸਾਰਿਆਂ ਨੂੰ ਇੱਕ ਇੱਕ ਵੰਡੇ ਆਜੂਗਾ ਕਿ ਉੱਥੇ ਕੀ ਆ। ਮੰਮੀ ਮੈਂ ਆਪਣੀ ਪਸੰਦ ਦੇ ਲਏ ਆ, ਤੇ ਫਿਰ ਕਿਸੇ ਦੀ ਪਸੰਦ ਕੋਈ ਹੋਰ ਹੁੰਦੀ, ਕਿਸੇ ਦੀ ਹੋਰ ਹੁੰਦੀ ਆ। ਜਦੋਂ ਤੂੰ ਮੇਰਾ ਇੰਨਾ ਚੁੱਧਰ ਪੁਣਾ ਕਰਨਾ, ਤੇਰੀ ਪਸੰਦ ਸਾਰਿਆਂ ਨੇ ਪਾ ਲੈਣੀ ਆ, ਤੂੰ ਕੱਢਣਾ ਵੇਹਣੀ ਭਲਾ। ਚਲੋ ਮੰਮੀ ਜੇ ਤੁਹਾਨੂੰ ਪਸੰਦ ਤੁਸੀਂ ਰੱਖ ਲਓ ਵੀ ਤੂੰ ਇੱਕ। ਚੱਲ ਆਵੇ ਲਫਾਫੇ ਨੀ ਛੱਡਦੀ, ਦੱਸ ਦੇਣੇ ਕੋਲ ਤੇ ਨਹੀਂ ਲੈਂਦੇ, ਤੂੰ ਤੇ ਹੌਸਲਾ ਹੀ ਹਾਰ ਗਈ ਆ। ਉੱਥੇ ਵੀ ਕੱਪੜੇ ਖੜਨੇ ਆ ਰਿਟਾਇਰਮੈਂਟ ਤੇ ਵੀ? ਨਹੀਂ ਨਹੀਂ ਇਹ ਆਪਣੇ ਹੀ ਆ ਜੇ ਕੱਪੜੇ, ਉੱਥੇ ਪੈਸੇ ਦੇ ਦੇਣੇ ਆ।
ਚੁੰਨੀ ਚੰਗੀ ਲੱਗਦੀ ਆ, ਓਦਾਂ ਜੇ ਮੈਂ ਸਮਾਨ ਆ ਤਾਂ ਮਾੜਾ ਤਾਂ ਨੀ ਲੱਗਣਾ, ਇਹਨਾਂ ਵਰਗੀ ਲੱਗਦੀ, ਮੈਂ ਵੀ ਏਡੀ ਕਿਹੜੀ ਬੁੱਢੜੀ ਲੱਗਦੀ ਆ। ਚੱਲ ਅੱਛਾ ਕੋਈ ਨੀ, ਤੂੰ ਲੈਣ ਦਾ ਤੂੰ ਸਮਾਨ ਦਾ ਹੋਰ ਹਾ ਲਾਗੇ ਬੰਨੇ ਜਾਣ ਨੂੰ, ਆਹ ਵਾਲਾ ਸੂਟ ਜਿੱਦਾਂ ਭੈਣ ਭਰਾਵਾਂ ਦੇ ਜਾਣ ਨੂੰ, ਆਹ ਪ੍ਰੋਗਰਾਮਾਂ ਦੇ ਜਾਣ ਨੂੰ, ਨਹੀਂ ਉੱਥੇ ਤੇ ਇੱਕ ਹੀ ਪਾ ਕੇ ਜਾਣਾ ਵਾ ਨਾ ਮੰਮੀ, ਇੱਕ ਹੀ ਪਾ ਕੇ ਜਾਣਾ ਵਾ, ਹੁਣ ਫਿਰ ਮੈਨੂੰ ਉੱਥੇ ਰੱਖੇ ਹੀ ਸਾਹਮਣੇ ਤੇ ਪਸੰਦ ਆ ਗਏ ਤੇ ਫਿਰ ਮੈਂ ਲੈ ਲਏ। ਪਸੰਦ ਤੇ ਆ ਗਏ, ਜਾਂ ਤੇ ਹੁਣ ਪੈਸੇ ਹੋਣ ਕੋਲ, ਫਿਰ ਤੁਸੀਂ ਇੱਕ ਦੇ ਤਿੰਨ ਭਾਵੇਂ ਹੋਰ ਦੋ ਲੈ ਆਉਂਦੀ, ਜਦੋਂ ਆਧਾਰ ਕੀਤਾ ਵਾ ਤੁਸੀਂ ਤੇ ਆਧਾਰ ਵੇਖ ਕੇ ਚੌੜੇ ਹੋ ਗਏ ਵੀ ਅਸੀਂ ਕਿਹੜੇ ਇੱਥੇ ਫੜਾ ਕੇ ਜਾਣੇ ਆ, ਤੇ ਜਿੰਨੇ ਲਿਖਣੇ ਆ ਨਾ ਉਹਨੇ ਵਿਆਜ ਵੀ ਲਾਉਣਾ ਨਾਲ, ਕੱਲਾ ਮੂਲ ਨੀ ਮੰਗਣਾ ਸਾਡੇ ਕੋਲੋਂ। ਮੰਮੀ ਏਡੀ ਗੱਲ ਨੀ, ਕੱਪੜੇ ਵਾਲੇ ਨੀ ਕੋਈ ਵਿਆਜ ਵਿਊਜ ਲਾਉਂਦੇ, ਤੁਸੀਂ ਐਵੇਂ ਮੈਨੂੰ ਡਰਾਈ ਜਾਂਦੇ ਆ, ਉਹਨਾਂ ਨੇ ਡੈਡੀ ਨੇ ਗੱਲ ਕੀਤੀ ਸੀ, ਡੈਡੀ ਕਹਿੰਦਾ ਕੋਈ ਗੱਲ ਨੀ ਮੈਂ ਆਪੇ ਗੱਲ ਕਰ ਲੂੰਗਾ। ਤੁਹਾਡੇ ਸਾਰੇ ਕਿੰਨੇ ਦੇ ਆਏ? ਸਾਰੇ ਆਪੇ ਹਿਸਾਬ ਲਾ ਲਓ, 2500 ਦਾ, 1500 ਦਾ ਤੇ ਆ 6000, 25 ਤੇ 15, 4000, 5000, ਦੋ ਲੱਖ ਆਪਣੀ ਪੱਗਾਂ ਲਈਆਂ ਆ। ਉਹ ਕਿੱਥੇ ਆ? ਉਹ ਦੇ ਆ ਸੀਨੇ ਪਾਉਣ। ਲੈ ਲੈ ਸੁੱਖ ਉਹ ਲੱਗ ਗਈ, ਮੰਮੀ ਨਹੀਂ ਸੌਣ ਦਿੰਦੀ ਕਦੀ, ਤੁਸੀਂ ਸੁੱਖ ਜੀ ਨਹੀਂ ਲੱਗਦਾ ਤੇ ਸੁਣ ਲਾ, ਉਹ ਲੱਗ ਗਈ ਉਹ ਬਾਹਰ ਵੇ ਮਹਿਫਲ ਆ ਗਈ, ਉਹ ਲੈ ਕੇ ਸੂਟ ਸਾਟ ਹੋ ਗਈ, ਉਹ ਲੜਾਈ ਸ਼ੁਰੂ। ਜਾਵਾਂ ਫਿਰ ਮੈਂ ਵੇਖਾਂ, ਫਿਰ ਮੇਰੇ ਵੀ ਇੱਕ ਅੱਧਾ ਸੂਟ ਲੈ ਆਈ ਹੋਣੀ ਦੀਦੀ, ਏਡੀ ਵੀ ਗੱਲ ਨਹੀਂ ਵੀ ਆਪਣੇ ਵਾਸਤੇ ਲੈ ਆਈ ਹੋਊਗੀ, ਤੇਰੇ ਵੀ ਉਹ ਵੀ ਤੇਰੇ ਲਈ, ਤੇ ਕਿਉਂ ਲਟਾਇਆ ਸੀ ਪ੍ਰੋਗਰਾਮ ਮਾ। ਜਾ ਜਾ ਜਾ, ਪਖੜਾ ਲੈ ਆਈ ਉਹ ਕਿਲੋ ਪੈਰਾਂ ਤਲੇ ਸੁੱਟ ਕੇ, ਭੰਗੜਾ ਪਾਈ ਤੇ ਲਾਣੇ ਰਿਟਾਇਰਮੈਂਟ ਚ ਲੈ ਕੇ ਜੀ ਥੱਲੇ ਸੁੱਟ ਲਈ ਤੇ ਡਾਂਸ ਕਰੀ, ਜਾ ਵੇ ਜਾ ਕੇ। ਤੂੰ ਇਹ ਨਾ ਗੱਲਾਂ ਪੁੱਠੀਆਂ ਕਰਦੀਆਂ ਹੁੰਦੀਆਂ, ਉਹਨਾਂ ਦੇ ਸ਼ੇਰ ਦੇ ਪ੍ਰੋਗਰਾਮ ਮਾ, ਤੇ ਕੀ ਗੱਲ ਸਾਨੂੰ ਨਹੀਂ ਕਰਨਾ, ਆਪਾਂ ਵੀ ਤੇ ਜਾਣਾ ਹੀ ਆ। ਆਪਾਂ ਗਏ ਨਾ, ਉਹਨਾਂ ਦੀ ਬੇਇੱਜ਼ਤੀ ਹੋਣੀ ਆ, ਸਾਨੂੰ ਖੜਦੇ ਅਗਲੇ, ਖੜਨਾ ਸਾਨੂੰ ਉਹਨਾਂ ਨੇ, ਉਹ ਵੀ ਇਹ ਖੜਨਗੇ, ਉਹ ਵੀ ਗੱਡੀ ਚ ਬਿਠਾ ਗਏ, ਵਾਹ ਤੇਰੀ ਸੋਚਣੀ, ਕੱਪੜੇ ਇਹਨਾਂ ਕੋਲੋਂ ਧੋਵੇ ਨੀ, ਆਪਣੇ ਕੰਮ ਨੂੰ ਨਿਕਲ ਗਏ, ਸਬਜ਼ੀ ਭਾਬੀ ਕੋਲ ਬਣਦੀ ਨੀ, ਹੋਰ ਹੋਰ ਕੰਮ ਲੱਗ ਜਾਂਦੀ, ਏਸੀ ਵਾਲੇ ਕਮਰੇ ਚ ਵੜੀ ਰਹਿੰਦੀ, ਆਹ ਵੇਖਦਾ ਗੁੰਮ ਸੁੰਮ ਨਾਲ ਆਪਾਂ ਮਰ ਚੱਲੇ, ਇੱਥੇ ਮੁੜ ਘੁੰਮ ਕੀ ਹੋਏ, ਪੱਖਾ ਲਵਾਇਆ ਟੁੱਟਾ ਜਾ, ਉਹ ਵੀ ਨੀ ਚੱਲਦਾ। ਮੈਂ ਚੱਲ ਗਿਆ ਨਾ ਉਧਰ, ਏਸੀ ਦਾ ਸੁੱਚ ਬੰਦ, ਬੱਤੀ ਬੰਦ, ਤੇ ਕਹਿਣਾ ਚੱਲ ਫਿਰ ਕੋਈ ਕੰਮ ਕਰ ਲਈਏ, ਫਿਰ ਸ਼ਰਮਿੰਦਿਆਂ ਨੂੰ ਵੀ ਉੱਠਣਾ ਪੈਂਦਾ ਨਾਲ। ਖਾ ਪੀ ਕੇ ਆਏ ਮੈਂ, ਤੇ ਬਹਿਜੇ ਰੋਟੀ ਕੀ ਖਾਣੀ ਘਰ ਜਾ ਕੇ, ਤੇ ਅੱਛਾ 4 ਤੇ ਉੱਥੇ ਵੱਜ ਗਏ, ਤੇ ਦੁਪਹਿਰ ਦੀ ਰੋਟੀ ਖਾਣੀ ਸੀ ਘਰ ਵੀ, ਠੀਕ ਆ ਫਿਰ ਉੱਥੇ ਚੱਲ। ਅੱਛਾ ਫਿਰ ਮੈਨੂੰ ਤੂੰ ਕਹਿਣਾ ਕਹਿੰਦੀ ਆ ਚੌਧਰਾਣੀ ਤੇ ਬਣਦੀ ਆ, ਭਾਵੇਂ ਗੁੱਸੇ ਹੋਏ ਭਾਵੇਂ ਬੰਦਾ ਨਾਰਾਜ਼ ਹੋਵੇ, ਤੇ ਤੂੰ ਫਿਰ ਇੱਕ ਅੱਧਾ ਬਰਗਰ ਸੁੱਖ ਵਾਸਤੇ ਵੀ ਲੈ ਆਉਂਦੀ। ਮੰਮੀ ਉਸ ਤਰ੍ਹਾਂ ਤਾਂ ਭਾਵੇਂ ਉਹਨੂੰ ਨਾ ਹੀ ਸੁਣੇ, ਤੁਸੀਂ ਸੁਣਾ ਦੇਣਾ ਉਹਨੂੰ।
ਨਾਲੇ ਚੋਰ ਤੇ ਨਾਲੇ ਚਦਰ ਨਾਲੇ ਲੈ ਆਉਂਦੀਆਂ ਤਿੰਨ ਤਿੰਨ ਚਾਰ ਚਾਰ ਤੇ ਨਾਲੇ ਆਉਂਦੀਆਂ ਤੇ ਗੱਲ ਹੀ ਨਾ ਕਰ ਮੈਨੂੰ ਵਿਆਹ ਕਾਹਤੋਂ ਕਰਾ ਲਿਆ ਸੀ ਸੂਟ ਇਹ ਕਿਹੜੀ ਤਨਖਾਹ ਲੱਗੀ ਵੀ ਮਹੀਨੇ ਪਿੱਛੋਂ ਆ ਗਏ ਪੈਸੇ ਚੱਲ ਸ਼ਾਇਦ ਇੱਕ ਬਣਾ ਲਾ ਦੋ ਬਣਾ ਲਾ ਏਦਾਂ ਨੀ ਕਰਾਉਂਦੇ ਝੱਟ ਲੰਘਣੇ ਆ ਲੋ ਮੰਮੀ ਫਿਰ ਤੁਸੀਂ ਸਵਾ ਲੋ ਮੈਂ ਨੀ ਸਵਾਉਂਦੀ ਸੜਕੇ ਮਰ ਗਈ ਆ ਲੈਂਦੇ ਆ ਇੱਕ ਲੈਣ ਗਈ ਤੇ ਤਿੰਨ ਲੈ ਆਈ ਤੇ ਮੈਂ ਬੋਲੀ ਆ ਤੇ ਉਹ ਸੁੱਟ ਕੇ ਚਲ ਗਈ ਆ ਤੂੰ ਲੱਲਾ ਹੁਣ ਜਿਹੜਾ ਲੈਣਾ ਵਿੱਚੋਂ ਕੋਈ ਸੂਟ ਸਾਟ ਨੀ ਮਿਲਾਂਗੇ ਤਿੰਨੇ ਸੂਟ ਉਹਦੇ ਆ ਤੂੰ ਜਾਣਾ ਆਪਣੇ ਬੰਦੇ ਨਾਲ ਜਾ ਕੇ ਆਪੇ ਲੈ ਜਿੱਦਾਂ ਦੇ ਲਾਉਣੀ ਚੱਲ ਰਹਿਣ ਦੇ ਪੁੱਤ ਰਹਿਣ ਦੇ ਸੂਟ ਉਹਨੂੰ ਫੜਾਵਾਂ ਅੰਦਰ ਉਹਨਾਂ ਨੂੰ ਗੁੱਸਾ ਕਿੱਦਾਂ ਹੋਣਾ ਮੁੱਕੇ ਲੈ ਵੀ ਮਾਤਾ ਵੱਢਣ ਆ ਰਹੀ ਆ ਕਿਤੇ ਵੇਖ ਕੇ ਜਾਂਦੀ ਨੀ ਹੈਗੀ ਮੇਰੇ ਵੱਲ ਜੇ ਮੈਂ ਚਾਰ ਸੂਟ ਲੈ ਆਈ ਤੇ ਫੇਰ ਕਿੱਧਰ ਦੀ ਅੱਖ ਆ ਗਈ ਆ ਜਿਹਨੂੰ ਸਾਰਿਆਂ ਨੇ ਨਜ਼ਰ ਲਾਤੀ ਆ ਚੁੱਪ ਕਰਕੇ ਸਾਰਾ ਸੁੱਖ ਨੇ ਪਸੰਦ ਕਰ ਲਿਆ ਵਾ ਆਪਾਂ ਖੋ ਕੇ ਲਿਆ ਤੂੰ ਜਾਂਦੇ ਰਹੇ ਦੇਵੀ ਲੈ ਵਧਾਉਂਦੀ ਫਿਰਦੀ ਵੱਡੀ ਤੂੰ ਅਗਰ ਤੈਨੂੰ ਮਾਸਾ ਨੀ ਹੇ ਤੱਕ ਆਈ ਉੱਥੇ ਸੁੱਟ ਕੇ ਆ ਗਈ ਮਰ ਲੈਣੇ ਇਹਨਾਂ ਨੇ ਸਾਰਿਆਂ ਸੂਟ ਹੋਣੇ ਮੁੜ ਕੇ ਲੱਭਣੇ ਸੂਟ ਕਿੱਥੇ ਮੇਰੇ ਸਵੇਰੇ ਸਭ ਤੋਂ ਸੀਨੇ ਦੇ ਗਿਆ ਮੁੜ ਕੇ ਮੇਰੇ ਭਾਰੇ ਸਿਆਪਾ ਪਾਲਣਾ ਕੀ ਜੂੰਗੀ ਕਰਦੀ ਹੁਣ ਹੈ ਹੀ ਨਹੀਂ ਕੋਈ ਵੈਲਿਊ ਮੇਰੀ ਤੇ ਮੈਨੂੰ ਤਾਂ ਜਿਹੜਾ ਦੁੱਧ ਚੋਂ ਮੱਖੀ ਨਾ ਨਹੀਂ ਬਾਹਰ ਸੁੱਟ ਦੇਈਦਾ ਕੱਢ ਕੇ ਉਹ ਆ ਹਾਲ ਮੇਰਾ ਮੇਰਾ ਨਹੀਂ ਕੋਈ ਵੀ ਇੱਥੇ ਨਾਮ ਨਿਸ਼ਾਨ ਹੈਗਾ ਕੀ ਗੱਲ ਹੋਈ ਸੁੱਖ ਫਿਰ ਜੀ ਮੈਨੂੰ ਪਹਿਲਾਂ ਹੀ ਬੜਾ ਗੁੱਸਾ ਆ ਜਾਂਦਾ ਮੈਨੂੰ ਹੋਰ ਨਾ ਪੁੱਛ ਪੁੱਛ ਕੇ ਤੇ ਗੁੱਸਾ ਚੜਾਓ ਨਹੀਂ ਤੈਨੂੰ ਕਿਹੜੀ ਗੱਲੋਂ ਗੁੱਸਾ ਚੜ ਗਿਆ ਇੰਨਾ ਡੈਡੀ ਜੀ ਮੇਰੀ ਗੱਲ ਸੁਣੋ ਪਹਿਲੀ ਗੱਲ ਤਾਂ ਕਸੂਰ ਤੁਹਾਡਾ ਵੀ ਆ ਜਦੋਂ ਤੁਸੀਂ ਭੱਟੀ ਨੂੰ ਦੀਦੀ ਨੂੰ ਕਿਹਾ ਵੀ ਜਾ ਕੇ ਸੂਟ ਲਾਇਆ ਤੁਸੀਂ ਉਹਨੂੰ ਨਾਲ ਹੀ ਕਹਿ ਦੋ ਵੀ ਨਿੱਕੀ ਵਾਸਤੇ ਵੀ ਇੱਕ ਅੱਧਾ ਲਿਆਈ ਕਈ ਤੇ ਚਲ ਦੁਕਾਨ ਤੇ ਗੱਲ ਕਰਾਤੀ ਉੱਥੋਂ ਤੇ ਹਜ਼ਾਰ ਹੀ ਸੂਟ ਆਏ ਨਾ
ਨਹੀਂ ਉਹ ਤੇ ਆਂਦੀ ਵੀ ਮੇਰੇ ਉਥੇ ਪਾਰਟੀ ਹੈ ਤੇ ਮੈਂ ਜਾਣਾ ਤੇ ਮੈਂ ਇੱਕ ਸੂਟ ਲਿਆਉਣਾ ਵਾ। ਇੱਕ ਸੂਟ ਕਿਹਾ ਇਹਨੇ, ਚਾਰ ਸੂਟ ਲਿਆਈ ਜੇ ਗਲੀ ਆਪਣੇ। ਅੱਛਾ, ਉਹਦੇ ਵਿੱਚ ਮੈਂ ਕਿਹਾ ਚੱਲ ਇੱਕ ਮੈਂ ਲੈ ਲੈਣੀ, ਮੈਨੂੰ ਬੜਾ ਸੋਹਣਾ ਲੱਗਾ। ਭਾਜੀ ਨੇ ਉਸੇ ਟਾਈਮ ਚੁੱਕ ਕੇ ਅੰਦਰ ਲੈ ਗਿਆ, ਇਹ ਮੇਰੀ ਬੁੱਢੀ ਦੇ ਤੂੰ ਆਪਣੇ ਬੰਦੇ ਨਾਲ ਜਾ ਕੇ ਲਿਆ। ਭਾਜੀ ਦੇ ਦੱਸੋ ਗੱਲ, ਕਹਿਣ ਦਾ ਫਰਜ਼ ਹੈਗਾ ਕਿ ਮੈਨੂੰ? ਚਲ ਉਹਦੇ ਵਿੱਚੋਂ ਜਿਹੜਾ ਪਸੰਦ ਤੈਨੂੰ ਲੱਗਦਾ ਲੱਲਾ ਆ ਜਾ, ਮੈਂ ਕਹਿ ਦਿੰਦਾ ਉਹਨਾਂ ਨੂੰ। ਹਾਂ ਹੁਣ ਕੀ ਕਹਿਣਾ ਡੈਡੀ, ਤੁਸੀਂ ਦਿੰਦੇ ਅਗਲੀ ਅਗਲੀ ਆਪਣੀ ਮਨਪਸੰਦ ਦੇ ਸੂਟ ਲਿਆਈ, ਤੁਸੀਂ ਤਾਂ ਘਰੋਂ ਤੋਰਨ ਲੱਗੀ ਉਦੋਂ ਹੀ ਅਗਲੀ ਨੂੰ ਕਹੋ। ਹਾਂ ਉਹ ਚੱਲ ਤੂੰ ਵੀ ਨਾ ਇੰਨਾ ਗੁੱਸਾ ਕਰ, ਤੂੰ ਵੀ ਉਹਦੇ ਨਾਲ ਚੱਲ ਜੀ ਸਾਬੀ ਨਾਲ, ਤੂੰ ਵੀ ਜਾ ਕੇ ਲੈ ਆਵੀਂ, ਜਿੱਥੇ ਉਹ 5-7 ਹਜ਼ਾਰ ਉਹ ਖਰਚਾਏ ਆ ਉੱਥੇ ਤੂੰ ਵੀ ਖਰਚਾ ਵੀ ਹੋਰ ਗਈ ਹੋ। ਆਹੀ ਤੇ ਫਿਰ ਡੈਡੀ ਜੀ ਗੱਲ ਆ, ਹੁਣ ਮੈਨੂੰ ਤੁਸੀਂ ਆਹ ਗੱਲ ਕਹਿ ਕੇ ਚੁੱਪ ਕਰਾਤਾ, ਜੇ ਕਿਤੇ ਮੈਂ ਇਕੱਲੀ ਆਪਣੇ ਵਾਸਤੇ ਸੂਟ ਲਿਆਈ ਹੁੰਦੀ ਨਾ, ਮੰਮੀ ਨੇ ਤੇ ਤੁਸੀਂ ਤੇ ਉਹਨੇ ਸਾਰਿਆਂ ਨੇ ਲੜਾਈ ਪਾਉਣੀ ਸੀ। ਨਹੀਂ ਤੇ ਹੁਣ ਨਹੀਂ ਕੀ ਪਈ, ਹੁਣ ਵੀ ਪਈ ਆ ਲੱਗਦੀ, ਅੱਜ ਨਾ ਇੰਨਾ ਬੋਲਣ ਡਈ ਪਈ ਹੋਣੀ। ਮੈਂ ਨੀ ਕੁਛ ਵੀ ਬੋਲਿਆ ਮੰਮੀ ਨਾਲ, ਉਹ ਗੱਲਬਾਤ ਹੋਈ, ਉਹ ਮੈਂ ਤੇ ਵਿੱਚੋਂ ਸੂਟ ਲੈਣ ਗਈ, ਭਾਜੀ ਨੇ ਮੇਰੇ ਹੱਥੋਂ ਹੀ ਸੂਟ ਖੋਲੇ ਆ। ਚੱਲ ਹੁਣ ਤੱਤੀ ਨਾ ਹੋ ਬਹੁਤੀ, ਤੈਨੂੰ ਮੈਂ ਕਹਿ ਤਾਂ ਚੱਲ ਜੀ ਤੇ ਜਾ ਕੇ ਲੈ ਲਈ, ਉਹ ਵੀ ਲਿਖਾ ਕੇ ਆਏ ਭਾਟੀਆਂ ਨੂੰ, ਤੂੰ ਵੀ ਲਿਖਾ ਵੀ। ਮੈਂ ਕੀ ਕਰ ਬੜੀ ਜੀ, ਜਿੰਨਾ ਚਿਰ ਮੈਂ ਬੈਠਾ ਨਾ ਉਹਨਾਂ ਚਿਰ ਨਾ ਕਿਸੇ ਗੱਲ ਤੋਂ ਲੜਿਆ ਕਰੋ, ਪੈਸੇ ਮੈਂ ਦੇਣੇ ਆ ਨਾ, ਤੂੰ ਵੀ ਜਾ ਕੇ ਜਿੰਨੇ ਲਿਆਉਣੇ ਲੈ ਲਈ। ਮੈਂ ਨੀ ਡੈਡੀ ਜੀ ਹੁਣ ਕੋਈ ਵੀ ਸੂਟ ਲਿਆਉਣਾ, ਨਾ ਹੀ ਮੈਨੂੰ ਲੋੜ ਵਾ ਹੁਣ ਲੜਾਈ ਪਾ ਕੇ ਮੈਂ ਸੂਟ ਲਿਆਉਣੇ। ਹੁਣ ਤੇ ਮੈਂ ਤੈਨੂੰ ਸਗੋਂ ਆਖਣ ਡਿਆ ਵੀ ਲੈ ਵੀ ਤੁਹਾਨੂੰ, ਤੂੰ ਆਖੀ ਜਿਹੜੀ ਮੈਂ ਲਿਆਉਣੇ ਨੀ ਡੈਡੀ ਜੀ, ਹੁਣ ਲੜਾਈ ਪੈ ਜਾਣੀ, ਇਹਨੇ ਕਿਹੜਾ ਮੇਰੀ ਰੀਸੇ ਲੈ ਆਈ ਸੂਟ। ਉਹ ਨਹੀਂ ਆਂਦੀ, ਕੁਛ ਨਹੀਂ ਆਂਦੀ ਤੈਨੂੰ, ਕਹਿੰਦੀ ਨੀ ਕੁਛ। ਡੈਡੀ ਨੇ ਤੇ ਬੜਾ ਭੋਲੇ ਦੇ ਮੂੰਹ ਨਾਲ ਕਹਿਤਾ, ਮੈਨੂੰ ਪਤਾ ਨਾ ਉਹਨੇ ਇਹ ਗੱਲੋਂ ਪੱਤ ਪਾ ਲੈਣਾ ਵੀ ਮੈਂ ਲਿਆਈ ਸੜਕੇ ਮਰ ਗਈ, ਮੇਰੀ ਰੀਸ ਨਾਲ ਲਿਆਈ ਹੈ ਇਹ ਵੀ ਜਾ ਕੇ। ਉਹਨੇ ਕਹਿਣਾ ਮੈਨੂੰ ਤਾਂ ਪ੍ਰੋਗਰਾਮ ਹੀ, ਇਹਨੂੰ ਕਹਦਾ ਪ੍ਰੋਗਰਾਮ, ਰੀਸ ਨਾਲ ਲਿਆਈ ਹੈ, ਹੁਣ ਨੀ ਮੈਂ ਲੈਣ ਜਾਣਾ। ਇਹ ਹੁਣ ਭੱਜ ਕੇ ਬਾਹਰ ਚਲ ਗਈ ਆ, ਇਹਨੇ ਹੁਣ ਪਤਾ ਨੀ ਕਿਹੜੀ ਕਰਨੀ ਹੈ। ਉਹ ਬੜਾ ਬਾਹਰ ਫੁੱਟ ਫੁੱਟ ਕਰਦੀ, ਕੀ ਗੱਲ ਹੋ ਗਈ ਹੁਣ? ਕੀ ਆਂਦੀ ਆ? ਅਖੇ ਸੂਟ ਉਹ ਜ਼ਿਆਦਾ ਲੈ ਆਈ ਹੈ ਤੇ ਮੈਂ ਅਖੇ ਆਖਿਆ ਸੀ ਵੀ ਮੈਂ ਲੈਣੇ ਆ, ਵਿੱਚ ਉਹਦੇ ਭਾਜੀ ਚੁੱਕ ਕੇ ਅਖੇ ਅੰਦਰ ਲੈ ਗਿਆ। ਹੁਣ ਜਦੋਂ ਕਸੂਰ ਹੀ ਭਾਜੀ ਦਾ ਵੀ ਨਾਲ ਤੇ ਨਾਲ ਭੈਣ ਜੀ ਦਾ ਕਸੂਰ ਵਾ, ਤੇ ਭਾਜੀ ਨੇ ਚੁੱਕ ਕੇ ਖੜਨੇ ਸੀ, ਜਦੋਂ ਲੈਣ ਲੱਗੀ ਉਦੋਂ ਹੀ ਵੀਰ ਨੂੰ ਚਾਹੀਦਾ ਸੀ ਵੀ ਤੂੰ ਇੱਕ ਲੱਲਾ ਵੱਧ ਤੋਂ ਵੱਧ ਦੋ ਲੱਲਾ, ਉਦੋਂ ਤੇ ਫੁੱਲਿਆ ਫੁੱਲਿਆ ਪੈਸੇ ਲਿਖਾ ਹੀ ਦੇਣੇ ਲਈ ਗਿਆ, ਤੇ ਫਿਰ ਹੁਣ ਉਹ ਉੱਤੇ ਹੀ ਇੱਥੇ ਤੁਹਾਨੂੰ ਡੇ ਹਾਂ ਗੱਲਾਂ ਕਰਨ, ਉਹ ਆ ਗਈ ਉੱਤੇ ਹੀ, ਉਹ ਆਂਦੀ ਮੈਂ ਆਹ ਲੈਣਾ ਤੇ ਉਹ ਖਿੱਚ ਖੁੱਚ ਕੇ ਲੈ ਗਿਆ ਅੰਦਰ। ਹੁਣ ਚੱਲ ਜਿਹੜਾ ਉਹਨੂੰ ਪਸੰਦ ਉਹਨੂੰ ਦੇ ਦਿੰਦੇ, ਜਿਹੜਾ ਇਹਨੂੰ ਬਲਜੀਤ ਨੂੰ ਪਸੰਦ ਬਲਜੀਤ ਲੈ ਲੇਗੀ। ਐਦਾਂ ਕਿੱਦਾਂ ਹੋ ਜਾਊਗਾ, ਜਿਹੜਾ ਹੁਣ ਮੈਂ ਹੀ ਆਪਣਾ ਸੂਟ ਪਸੰਦ ਕਰਕੇ ਲਿਆਉਣ ਮੈਂ ਸੀਣਾ ਵਾ, ਤੇ ਕਿੱਦਾਂ ਮੈਂ ਹੁਣ ਦੂਜੇ ਜਾਣੇ ਨੂੰ ਕਹਿੰਦੇ ਦੇ ਦੂੰਗਾ, ਇਦਾਂ ਹੋ ਸਕਦਾ ਵਾ? ਤੁਸੀਂ ਤੇ ਕਰਦੇ ਨਿਆਣਿਆਂ ਵਾਲੀਆਂ ਗੱਲਾਂ, ਤੁਸੀਂ ਤੇ ਆਪਣੇ ਨਾ ਗਲੋਂ ਗੱਲ ਲਾ ਕੇ ਤੇ ਦੂਜੇ ਦੇ ਗੱਲ ਪਾ ਦਿੰਦੇ ਜੀ। ਹਾਏ ਦਵਿੰਦਰ, ਮੈਨੂੰ ਇਦਾਂ ਨਾ ਕਿਹਾ ਕਰ, ਗਲੋਂ ਗੱਲ ਲਾ ਕੇ ਦੂਜੇ ਦੇ ਗੱਲ ਪਾ ਦਿੰਦੇ ਆ, ਮੈਂ ਕਹਿੰਦਾ ਰਲ ਕੇ ਰਹਿਣ, ਰਲ ਕੇ ਗਲੋਂ ਗੱਲ ਲਾਈ ਹੀ ਤਾਂ ਹੀ ਕਹਿਤਾ ਉੱਥੇ ਲਿਖਾਓ ਪੈਸੇ। ਮੈਂ ਤਾਂ ਤੁਹਾਨੂੰ ਬਾਹਰ ਕਹਿ ਆ ਵਾ ਵੀ ਜੇ ਨਹੀਂ ਤੇ ਤੂੰ ਵੀ ਸਾਬੀ ਨੂੰ ਲਾਣ ਲੈ ਕੇ ਚੱਲ ਜਾ ਉੱਥੇ, ਤੂੰ ਵੀ ਲੈ ਆ ਤੇ ਤੂੰ ਵੀ ਸੂਟ ਲੈ ਆ, ਤੂੰ ਵੀ ਜਿੰਨੇ ਲੈਣੇ ਤੂੰ ਵੀ ਲੈ ਆ, ਤੇ ਕਾਲਾ ਨਾ। ਹਾਂ ਬਸ ਮੈਂ ਤੇ ਆਹ ਗੱਲ ਕਹਿ ਦਿੱਤੀ।